ਚਲੋ ਜੀ, ਪਹਿਲੇ ਤੁਹਾਨੂੰ ਆਪਣਾ ਜਿਹੜਾ ਡੇਰਾ ਨਾ ਉਹ ਵਿਜ਼ਿਟ ਕਰਵਾ ਲੈਣਾ ਹੈ। ਤੁਹਾਨੂੰ ਅੱਜ ਤੱਕ ਅੰਦਰੋਂ ਡੇਰਾ ਵਿਜ਼ਿਟ ਨਹੀਂ ਕਰਵਾਇਆ ਸੀ, ਲੇਕਿਨ ਅੱਜ ਕਰਵਾਇਆ। ਅਤੇ ਇੱਕ ਜਿਹੜੀ ਗੱਲ ਨਾ ਬਹੁਤ ਹੀ ਇੰਪੋਰਟੈਂਟ ਗੱਲ ਹੈ, ਉਹ ਤੁਹਾਨੂੰ ਮੈਂ ਸ਼ੇਅਰ ਕਰਨੀ ਸੀ, ਅਤੇ ਅਫਸੋਸ ਨਾਲ ਵੀ ਕਹਿਣਾ ਪੈ ਰਿਹਾ। ਅਗਰ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰੇ, ਅਤੇ ਇਨਸ਼ਾਅੱਲਾ ਅਗਰ ਤਾਂ ਕੋਈ ਡੀਲ ਹੋਈ ਤਾਂ ਉਹਨੂੰ ਅਸੀਂ ਇੱਥੇ ਨਾਲ ਜਗ੍ਹਾ ਦੇ ਦੇਵਾਂਗੇ। ਮੈਂ ਸੀਰੀਅਸ ਗੱਲ ਕਰ ਰਿਹਾ, ਇੰਨਾ ਕੈਮਰੇ ਜ਼ਬਰਦਸਤ ਨਹੀਂ ਨਜ਼ਰ ਆ ਰਿਹਾ ਜਿੰਨਾ ਕਿ ਸਾਨੂੰ ਵੈਸੇ ਨਜ਼ਰ ਆ ਰਿਹਾ। ਬਹੁਤ ਖੂਬਸੂਰਤ ਵਿਊ ਆ। ਓਏ ਹੋਏ ਹੋਏ, ਬਿਸਮਿਲ੍ਲਾਹਿਰ-ਰਹਿਮਾਨ-ਰਹੀਮ, ਅਸਲਾਮੁ ਅਲੈਕੁਮ, ਦਿਸ ਇਜ਼ ਮੀ ਅਹਿਮਦ ਰਜ਼ਾ ਐਂਡ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵਸਾਇਆ ਜੱਟ ਵਲੌਗ। ਟਾਈਮ ਹੋ ਗਿਆ ਤਕਰੀਬਨ 6:12, ਅਤੇ ਇਹ ਟਾਈਮ ਸੁਬਹਾ ਦਾ ਨਹੀਂ ਗਾ, ਸ਼ਾਮ ਦਾ ਹੀ ਆ, ਅਤੇ ਅੱਜ ਸ਼ਾਮ ਦੇ ਟਾਈਮ ਹੀ ਵਲੌਗ ਸਟਾਰਟ ਹੋ ਰਿਹਾ। ਮੌਸਮ ਜਿਹੜਾ ਨਾ ਕਾਫੀ ਖਰਾਬ ਹੋਇਆ ਆ, ਅਤੇ ਉਸ ਤੋਂ ਬਾਅਦ ਕਣਕਾਂ ਵੀ ਪੱਕੀਆਂ ਨੇ, ਗਾਉਂ ਦੀ ਖੂਬਸੂਰਤੀ ਮਾਸ਼ਾਅੱਲਾ। ਇੱਧਰ ਦੇਖੋ, ਇੱਧਰ ਕਪਾਹ ਵੀ ਲੱਗੀ ਹੋਈ ਆ। ਆਏ ਹਾਏ ਹਾਏ ਹਾਏ, ਅੱਜ ਪੈਦਲ ਹੀ ਮੈਂ ਜਾ ਰਿਹਾ ਹਾਂ ਡੇਰੇ ਵੱਲ, ਭਾਈ ਭੋਲੀ ਟਰੈਕਟਰ ਟਰਾਲੀ ਲੈ ਕੇ ਜਾ ਰਹੇ ਨੇ ਡੇਰੇ ਵੱਲ। ਉੱਥੇ ਸਾਡਾ ਨਾ ਥੋੜ੍ਹਾ ਜਿਹਾ ਸਮਾਨ ਪਿਆ ਬਾਲਣ ਛਾਲਣ, ਅਤੇ ਮੌਸਮ ਕਾਫੀ ਜ਼ਿਆਦਾ ਖਰਾਬ ਹੈ ਇਸ ਵੇਲੇ, ਤੋਂ ਅਸੀਂ ਉਹ ਚੱਕਣ ਚੱਲੇ ਹਾਂ। ਅੱਜ ਦਾ ਵਲੌਗ ਜਿਹੜਾ ਨਾ ਉਹ ਪੰਜਾਬੀ 'ਚ ਬਣ ਰਿਹਾ, ਕਿਉਂਕਿ ਤੁਹਾਨੂੰ ਪਤਾ ਮੌਕਾ ਮੁਨਾਸਬਤ ਦੇ ਨਾਲ ਚੱਲਣਾ ਪੈਂਦਾ, ਅਤੇ ਅੱਜ ਦਾ ਜਿਹੜਾ ਮੌਕਾ ਮੁਨਾਸਬਤ ਹੈ ਉਹ ਉਰਦੂ ਵਾਲਾ ਨਹੀਂ ਗਾ, ਇਸ ਵੇਲੇ ਤਾਂ ਮੈਂ ਪੰਜਾਬੀ 'ਚ ਹੀ ਵਲੌਗ ਸ਼ੂਟ ਕਰ ਰਿਹਾ। ਵੀ ਭਾਈ ਸਾਹਿਬ, ਹਲੇ 2-3 ਦਿਨ ਹੋਏ ਨੇ ਬਾਰਿਸ਼ ਹੋ ਕੇ ਹਟੀ ਹੈ, ਉਹ ਤੋਂ ਮੌਸਮ ਫਿਰ ਖਰਾਬ ਹੈ, ਅਤੇ ਇੱਧਰ ਚੈੱਕ ਕਰੋ ਜੀ, ਹੱਥ ਲੱਗ ਗਿਆ ਕਣਕਾਂ ਨੂੰ। ਇਹ ਦੇਖੋ ਜੀ, ਕਣਕ ਵੱਢੀ ਪਈ ਹੈ ਇੱਥੇ। ਚਲੋ ਜੀ ਗਾਇਸ, ਸਾਹਮਣੇ ਆ ਗਿਆ ਸਾਡਾ ਪਿਆਰਾ ਪਿਆਰਾ ਡੇਰਾ, ਅਤੇ ਡੇਰੇ ਦੀ ਪਛਾਣ ਇਹੀ ਆ ਕਿ ਇਹ ਬੋਹੜ ਦਾ ਦਰਖਤ ਹੈ ਮਾਸ਼ਾਅੱਲਾ। ਅੱਗੇ ਤਾਂ ਬਹੁਤ ਵੱਡਾ ਹੁੰਦਾ ਸੀਗਾ, ਲੇਕਿਨ ਇਹਦੀ ਛੰਗਾਈ ਛੰਗਾਈ ਹੋਈ ਆ, ਇਸ ਵਜ੍ਹਾ ਤੋਂ ਨਿੱਕਾ ਹੋ ਗਿਆ। ਸੁਪਰ ਫਾਈਨ ਜਿਹੜਾ ਤਾਂ ਜਾਣਾ ਕਣਕ ਵੱਢ ਕੇ ਦਸਤੀ ਲੱਗ ਜਾਣਾ, ਠੀਕ ਹੈ, ਅਤੇ ਇਸ ਤੋਂ ਬਾਅਦ ਇੱਕ ਹੋਰ ਤਾਂ ਹੀ ਲੱਗਣਾ, ਦੋ ਤਾਂ ਹੀ ਲੱਗਣੇ ਨਾ, ਅਤੇ ਜਿਹੜਾ ਪਹਿਲਾਂ ਤਾਂ ਹੀ ਲੱਗਣਾ ਸੁਪਰ ਫਾਈਨ, ਉਹਦੇ ਲਈ ਅਸੀਂ ਇਹ ਪਨੀਰੀ ਬੀਜ ਲਈ ਹੈ। ਮਾਸ਼ਾਅੱਲਾ ਅੱਛੇ ਤਰੀਕੇ ਨਾਲ ਇਹਦੀ ਗਰੋਥ ਹੋ ਰਹੀ ਹੈ, ਅਤੇ ਹੋਰ 15 ਦਿਨਾਂ ਤੱਕ ਜਾਂ 20 ਦਿਨਾਂ ਤੱਕ ਨਾ ਇਹ ਲਾਉਣੇ ਦੇ ਕਾਬਿਲ ਹੋ ਜਾਣੀ ਆ। ਅੱਗੇ ਅੱਜ ਤੱਕ ਮੈਂ ਤੁਹਾਨੂੰ ਆਪਣਾ ਡੇਰਾ ਜਿਹੜਾ ਨਾ ਅੰਦਰੋਂ ਵਿਜ਼ਿਟ ਨਹੀਂ ਕਰਵਾਇਆ ਕਿ ਕਿੱਦਾਂ ਦਾ ਸਾਡਾ ਡੇਰਾ, ਕਿਉਂਕਿ ਅੱਗੇ ਵਿੱਚ ਹੁੰਦੇ ਸੀਗੇ ਬੰਦੇ, ਅਤੇ ਲੇਕਿਨ ਅੱਜ ਤੁਹਾਨੂੰ ਇੱਕ ਨਾ ਇੰਪੋਰਟੈਂਟ ਗੱਲ ਵੀ ਦੱਸਣੀ। ਚਲੋ ਜੀ, ਪਹਿਲੇ ਤੁਹਾਨੂੰ ਆਪਣਾ ਜਿਹੜਾ ਡੇਰਾ ਨਾ ਉਹ ਵਿਜ਼ਿਟ ਕਰਵਾ ਲੈਣਾ ਹੈ। ਸਾਹਮਣੇ ਹੈ ਜੀ, ਇੱਕ ਕਮਰਾ ਇੱਥੇ ਆ ਜੀ, ਇੱਕ ਕਮਰਾ ਇਹ ਆ, ਅਤੇ ਤੀਸਰਾ ਕਮਰਾ ਇਹ ਆ। ਇਹ 3 ਕਮਰੇ ਆ, ਕਾਫੀ ਪੁਰਾਣੇ ਬਣੇ ਹੋਏ ਆ, ਠੀਕ ਆ, ਅਤੇ ਇੱਥੇ ਕੋਈ ਸਰੀਆ ਵਗੈਰਾ ਪਿਆ, ਅਤੇ ਇੱਧਰ ਹੈ ਜੀ ਕੇਲੇ ਦਾ ਦਰਖਤ, ਇਹ ਆਪਣੀਆਂ ਪਲੇਟਾਂ ਲੱਗੀਆਂ ਨੇ, ਸਟੈਂਡ, ਠੀਕ ਹੈ, ਪਤਾ ਟੂਵਲ ਦਾ ਉਹ ਜਿਹੜਾ ਆ ਬੋਰ ਸ਼ੋਰ ਆ, ਸਾਰਾ ਉਹ ਸਿਸਟਮ ਆ, ਅਤੇ ਇੱਧਰ ਨਲਕਾ ਵੀ ਲੱਗਾ ਹੋਇਆ। ਤੁਹਾਨੂੰ ਅੱਜ ਤੱਕ ਅੰਦਰੋਂ ਡੇਰਾ ਵਿਜ਼ਿਟ ਨਹੀਂ ਕਰਵਾਇਆ ਸੀ, ਲੇਕਿਨ ਅੱਜ ਕਰਵਾਇਆ, ਅਤੇ ਇੱਕ ਜਿਹੜੀ ਗੱਲ ਨਾ ਬਹੁਤ ਹੀ ਇੰਪੋਰਟੈਂਟ ਗੱਲ ਹੈ, ਉਹ ਤੁਹਾਨੂੰ ਮੈਂ ਸ਼ੇਅਰ ਕਰਨੀ ਸੀਗੀ, ਅਤੇ ਅਫਸੋਸ ਨਾਲ ਵੀ ਕਹਿਣਾ ਪੈ ਰਿਹਾ ਕਿ ਅੱਗੇ ਜਿਹੜੇ ਇੱਥੇ ਬੰਦੇ ਬਿਠਾਏ ਸੀ ਨਾ, ਉਹ ਛੋਟੀ ਮੋਟੀ ਗੱਲ ਹੋਈ ਹੈ ਕੋਈ, ਅਤੇ ਮੈਨੂੰ ਨਹੀਂ ਇੰਨਾ ਪਤਾ, ਲੇਕਿਨ ਉਹ ਚਲੇ ਗਏ ਨੇ ਇੱਥੋਂ, ਲੇਕਿਨ ਫਿਕਰਮੰਦ ਹੋਣੇ ਦੀ ਜ਼ਰੂਰਤ ਨਹੀਂ, ਲੇਟਾਂ ਵਗੈਰਾ ਤਾਂ ਰਾਤ ਨੂੰ ਬੰਦਾ ਸੌਂਦਾ ਆ। ਇੰਪੋਰਟੈਂਟ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਇਹ ਕਰਨੀ ਹੈ ਕਿ ਸਾਨੂੰ ਚਾਹੀਦੇ ਨੇ ਕੋਈ ਘਰ ਹੀ ਚਾਹੀਦਾ, ਇੱਕ ਮਿਸਾਲ ਬਈ ਕੋਈ ਫੈਮਿਲੀ ਹੋਵੇ ਜਿਹੜੀ ਇੱਥੇ ਬਹਿਣ ਵਾਲੀ ਹੋਵੇ, ਠੀਕ ਹੈ, ਉਹਨਾਂ ਨੂੰ ਥੋੜ੍ਹੀ ਬਹੁਤੀ ਜ਼ਮੀਨ ਵੀ ਦੇਵਾਂਗੇ ਅਗਰ ਉਹਨਾਂ ਦਾ ਮਾਲ ਡੰਗਰ ਹੋਇਆ ਪੱਠਿਆਂ ਲਈ, ਅਤੇ ਉਸ ਤੋਂ ਇਲਾਵਾ ਉਹ ਸਾਡੀ ਪਲੇਟਾਂ ਦੀ ਹਿਫਾਜ਼ਤ ਵਗੈਰਾ ਕਰਨਗੇ, ਠੀਕ ਆ। ਪੱਕੇ ਪੱਕੇ ਉਹਨਾਂ ਨੇ ਇੱਥੇ ਡੇਰੇ ਲਾਉਣੇ ਨੇ। ਨਲਕਾ ਵੀ ਇੱਧਰ ਦੇਖੋ ਲੱਗਾ, ਬਾਕੀ 2 ਕਮਰੇ ਮੈਂ ਤੁਹਾਨੂੰ ਸਾਹਮਣੇ ਦਿਖਾਏ ਆ, ਤੀਸਰਾ ਕਮਰਾ ਵੀ ਹੈ ਮਾਲ ਸ਼ਾਲ ਅਗਰ ਉਹਨਾਂ ਦਾ ਹੋਵੇ ਬੰਨਣ ਲਈ, ਛਾਂ ਵਗੈਰਾ ਇੱਥੇ ਮਾਸ਼ਾਅੱਲਾ ਬੋਰਡ ਦੀ ਬਹੁਤ ਹੀ ਪਿਆਰੀ ਆ, ਗਰਮੀਆਂ ਨੂੰ ਐਡੀ VIP ਹਵਾ ਲੱਗਦੀ ਹੈ ਨਾ ਇੱਥੇ। ਅਗਰ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰੇ, ਅਤੇ ਇਨਸ਼ਾਅੱਲਾ ਅਗਰ ਤਾਂ ਕੋਈ ਡੀਲ ਹੋਈ ਤਾਂ ਉਹਨੂੰ ਅਸੀਂ ਇੱਥੇ ਨਾਲ ਜਗ੍ਹਾ ਦੇ ਦੇਵਾਂਗੇ। ਮੈਂ ਸੀਰੀਅਸ ਗੱਲ ਕਰ ਰਿਹਾ, ਮਜ਼ਾਕ ਨਹੀਂ ਗਾ, ਬਿਲਕੁਲ ਸੀਰੀਅਸ ਗੱਲ ਕਰ ਰਿਹਾ, ਕਿਉਂਕਿ ਅੱਜ ਤੱਕ ਮੈਂ ਤੁਹਾਨੂੰ ਡੇਰਾ ਅੰਦਰੋਂ ਹੀ ਦਿਖਾਇਆ ਸੀ, ਉਦੋਂ ਹੁੰਦੇ ਸੀਗੇ ਬੰਦੇ ਫੈਮਿਲੀ ਇੱਥੇ ਰਹਿੰਦੀ ਸੀਗੀ, ਲੇਕਿਨ ਉਹ ਕਿਸੇ ਗੱਲ ਤੋਂ ਚਲੀ ਗਈ, ਤਾਂ ਹੁਣ ਅੱਜ ਮੈਂ ਤੁਹਾਨੂੰ ਦਿਖਾਇਆ। ਚਲੋ ਅੰਦਰੋਂ ਵੀ ਤੁਹਾਨੂੰ ਵਿਜ਼ਿਟ ਕਰਵਾ ਦਿੰਦਾ ਹਾਂ ਕਿ ਅੰਦਰ ਕੈਸੇ ਨੇ, ਅੰਦਰ ਮਾਸ਼ਾਅੱਲਾ ਸਾਫ਼ ਸੁਥਰੇ ਨੇ, ਇੱਕ ਦਰਵਾਜ਼ਾ ਲੱਗਾ ਹੋਇਆ, ਇਹ ਇੱਧਰ ਦੇਖੋ, ਅਤੇ ਇੱਧਰ ਇਸ ਕਮਰੇ ਨੂੰ ਦਰਵਾਜ਼ਾ ਵੀ ਲੱਗਾ, ਜਿਸ ਤਰ੍ਹਾਂ ਦਾ ਉਹ ਅੰਦਰ ਸੀਗਾ ਇਹ ਵੀ ਉਸੇ ਤਰ੍ਹਾਂ ਦਾ ਹੀ ਆ, ਅਤੇ ਅਗਰ ਕੋਈ ਆਉਣਾ ਚਾਹੁੰਦਾ ਤਾਂ ਸਾਨੂੰ ਜਲਦੀ ਤੋਂ ਜਲਦੀ ਨਾ ਬੰਦੇ ਚਾਹੀਦੇ। ਗੱਲ ਰਹਿ ਗਈ ਬਾਲਣ ਛਾਲਣ ਦੀ, ਉਹ ਤੁਹਾਨੂੰ ਦਿਖਾ ਦਿੰਦਾ ਹਾਂ, ਅਤੇ ਕੁਛ ਇਹ ਲਾ ਪਿਆ, ਇਹ ਲੱਕੜੀਆਂ ਬੜੀਆਂ ਨਾ ਕੀਮਤੀ ਲੱਕੜੀਆਂ, ਸਮਝ ਲਓ ਮੁਫੀਦ ਕਹਿ ਲਓ, ਅਤੇ ਇਹ ਲੱਕੜੀਆਂ ਇਸ ਦਰਖਤ ਦੀਆਂ ਆ, ਬੋਰਡ ਜਿਹਨੂੰ ਕਹਿੰਦੇ ਨਾ, ਬੋਰਡ ਸਾਦੇ ਉਹਦੀਆਂ ਆ, ਅਤੇ ਇਹ ਸਾਹਮਣੇ ਵੀ ਲੱਕੜੀਆਂ ਪਈਆਂ ਆ, ਅਤੇ ਤਕਰੀਬਨ ਟਰਾਲੀ ਸਾਡੀ ਜਿਹੜੀ ਆ, ਜਿੰਨੀ ਟਰਾਲੀ ਆ ਉਹ ਭਰ ਜਾਣੀ ਆ, ਅਤੇ ਉੱਧਰ ਥੋੜ੍ਹੀ ਖੋਰੀ ਪਈ ਆ, ਉਹ ਵੀ ਚੱਕਣੀ ਆ। ਆਪਣੀ ਗੰਦਮ ਦਿਖਾ ਦਿਆਂ, ਅਤੇ ਗੰਦਮ ਮਾਸ਼ਾਅੱਲਾ ਇੱਧਰ ਚੈੱਕ ਕਰੋ, ਇਹ ਤਕਰੀਬਨ ਇੱਥੋਂ 3-4 ਕਿੱਲਿਆਂ ਦਾ ਪਲਾਟ ਹੈ, ਅਤੇ ਇੱਧਰ ਬਾਕੀ ਤਕਰੀਬਨ 10-12 ਕਿੱਲੇ ਨੇ, ਇਹ ਸਾਰੀ ਇੱਥੇ ਆਪਣੀ ਗੰਦਮ ਆ।
ਤੇ ਇੱਧਰ ਦੇਖੋ ਮਾਸ਼ਾਅੱਲਾ ਤਿਆਰ ਹੋਈ ਹੈ। ਮੌਸਮ ਸਾਫ਼ ਹੁੰਦਾ ਨਾ ਤੇ ਧੁੱਪਾਂ ਛੁੱਪਾਂ ਦੋ ਚਾਰ ਲੱਗਦੀਆਂ ਹਲੇ ਵਿੱਚੋਂ ਥੋੜੀ ਥੋੜੀ ਹਰੀ ਵੀ ਆ, ਇੱਧਰ ਦੇਖੋ ਇੱਥੋਂ ਹਰੀ ਵੀ ਆ ਤੇ ਇਹ ਬਿਲਕੁਲ ਪੱਕ ਜਾਏਗੀ ਦੋ ਤਿੰਨਾਂ ਦਿਨਾਂ ਤੱਕ ਜਾਂ ਥੋੜੇ ਲੇਟ ਵੀ ਹੋ ਸਕਦੀ ਆ, ਹਫ਼ਤੇ ਤੱਕ ਪੱਕ ਜਾਏਗੀ। ਉਸ ਤੋਂ ਬਾਅਦ ਇਨਸ਼ਾਅੱਲਾ ਇਹਨੂੰ ਕਰਨਾ ਰੈਪਰ ਫੇਰ ਦੇਣਾ ਇਸ ਵਾਰੀ, ਕਿਉਂਕਿ ਰੈਪਰ ਅਸੀਂ ਬਣਵਾਉਣਾ ਦਿੱਤਾ ਉਹ ਬਣ ਕੇ ਆ ਜਾਏਗਾ ਆਪਣੇ ਟਰੈਕਟਰ ਅੱਗੇ ਕੱਸਣਾ। ਮਾਸ਼ਾਅੱਲਾ ਕਣਕ ਤੁਸੀਂ ਦੇਖ ਸਕਦੇ ਹੋ ਖੜੀ ਹੈ ਤਕਰੀਬਨ ਸਾਰੀ ਤੇ ਰੈਪਰ ਫੇਰ ਕੇ ਉਸ ਤੋਂ ਬਾਅਦ ਥਰੈਸ਼ਰ ਤੇ ਗਾਣੀ ਹੈ ਇਸ ਵਾਰੀ, ਉਹ ਵੀ ਤੁਹਾਨੂੰ ਇਨਸ਼ਾਅੱਲਾ ਸਾਰਾ ਵਲੋਗ ਦਿਖਾਵਾਂਗੇ ਥਰੈਸ਼ਰ ਨਾਲ ਕਿੱਦਾਂ ਗਾਈਦੀ ਹੈ, ਕਿੱਦਾਂ ਰੈਪਰ ਨਾਲ ਵੱਢਦੇ ਨੇ, ਇਨਸ਼ਾਅੱਲਾ ਸਾਰੀ ਤੁਹਾਨੂੰ ਰੂਟੀਨ ਸ਼ੇਅਰ ਕਰਾਂਗੇ। ਹੁਣ ਭਾਈ ਭੋਲੀ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਇਸ ਟਾਈਮ ਆਉਂਦੇ ਨੇ, ਫਿਰ ਬਾਲ ਇਨਸ਼ਾਅੱਲਾ ਲੱਦੀਏ ਤੇ ਨਿਕਲੀਏ। ਭਾਈ ਇੰਤਜ਼ਾਰ ਦੀ ਘੜੀਆਂ ਹੋ ਗਈਆਂ ਨੇ ਖਤਮ। ਚਲੋ ਜੀ ਪਹੁੰਚ ਆਈਏ ਘੜੀ। ਵਾਹ ਜੀ ਵਾਹ। ਸਲਾਮ ਅਲੈਕੁਮ ਆਸਿਫ ਬਾਈ। ਆਸਿਫ ਬਾਈ ਕੀ ਹਾਲ ਚਾਲ ਹੈ, ਠੀਕ ਹੋ ਭਾਈ ਸਾਹਿਬ? ਹੁਣ ਜਿਹੜਾ ਬਾਲਨ ਸ਼ਾਲਾ ਨਾ ਇੱਧਰ ਚੈੱਕ ਕਰੋ ਜੀ, ਲੋਡ ਹੋਣ ਲੱਗ ਗਿਆ। ਆਹ ਦੇਖੋ ਜੀ ਸਾਹਿਬ, ਗਾਉਂ ਦਾ ਤੁਹਾਨੂੰ ਸ਼ਾਮ ਦਾ ਵਿਊ ਦਿਖਾ ਦਿਆਂ ਕਿ ਬਹੁਤ ਹੀ ਹਾਈ ਲੈਵਲ ਦਾ ਵਿਊ ਬਣਿਆ ਸਾਹਮਣੇ ਚੈੱਕ। ਇੰਨਾ ਕੈਮਰੇ ਜ਼ਬਰਦਸਤ ਨਹੀਂ ਨਜ਼ਰ ਆ ਰਿਹਾ ਜਿੰਨਾ ਕਿ ਸਾਨੂੰ ਵੈਸੇ ਨਜ਼ਰ ਆ ਰਿਹਾ, ਬਹੁਤ ਖੂਬਸੂਰਤ ਵਿਊ ਆ। ਓਏ ਹੋਏ ਹੋਏ, ਬੜਾ ਹਾਈ ਲੈਵਲ ਦਾ ਆ ਕੈਮਰੇ 'ਚ, ਪਤਾ ਨਹੀਂ ਕਿਉਂ ਨਹੀਂ ਇਹ ਸਹੀ ਨਜ਼ਰ ਆ ਰਿਹਾ। ਗਾਇਸ 5 ਮਿੰਟ ਲਾਏ ਨੇ ਤੇ ਇਧਰੋਂ ਖਾਲੀ ਕਰਤਾ ਹੈ, ਦੂਸਰੀ ਸਾਈਡ ਵੀ ਖਾਲੀ ਕਰਤੀ ਹੈ, ਸਾਹਮਣੇ ਚੈੱਕ ਕਰੋ ਤੇ ਮਾਸ਼ਾਅੱਲਾ ਜੀ ਟਰਾਲੀ ਦਾ ਸਾਰਾ ਬਾਲਨ ਸ਼ਿਫਟ ਕਰਤਾ ਹੈ। ਹੁਣ ਸਾਹਮਣੇ ਪਈ ਹੈ ਖੋਰੀ, ਇਹ ਕਿੱਧਰ ਜੀ? ਓ ਸਾਹਮਣੇ ਪਈ ਹੈ, ਹੁਣ ਚੱਕਣੀ ਹੈ ਉਹ ਤੇ ਹੁਣ ਚੱਲੇ ਨੇ ਜਵਾਨ ਜੀ, ਮੈਂ ਵੀ ਨਾਲੇ ਹੀ ਜਾਣਾ। ਚਲੋ ਜੀ ਇੱਥੇ ਰੱਖ, ਉਹ ਲਓ ਜੀ ਗੇਅਰ ਪਹਿਲੇ ਲਾਇਆ ਹੋਇਆ, ਕੰਮ ਚੈੱਕ ਕਰ ਲਓ। ਜੀ ਗਾਇਸ ਆਹ ਸਾਰੀ ਪਈ ਹੈ ਖੋਰੀ ਤੇ ਇਹ ਵੀ ਹੁਣ ਲੋਡ ਕਰ ਰਹੇ ਹਾਂ ਤੇ ਲੱਕੜਾਂ ਪਹਿਲੇ ਲੋਡ ਕਰਨੀਆਂ ਸੀ, ਇਹਦੇ ਉੱਤੇ ਹੁਣ ਖੋਰੀ ਲੋਡ ਕਰ ਰਹੇ ਹਾਂ। ਇੱਧਰ ਦੇਖੋ ਜੀ ਇੱਥੇ ਦੋ ਪਿੰਡਾਂ ਆ ਗਈਆਂ ਨੇ ਤੇ ਬਾਕੀ ਜਿੱਦਾਂ ਜਿੱਦਾਂ ਹੁਣ ਲੋਡ ਹੋ ਰਹੀ ਹੈ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਤੇ ਸਾਰੀ ਤਾਂ ਨਹੀਂ ਲੋਡ ਹੋਣੀ, ਚਲੋ ਜਿੰਨੀ ਵੀ ਹੁੰਦੀ ਉਨੀ ਲੈ ਜਾਂਦੇ ਆ। ਇੱਧਰ ਦੇਖੋ ਇਹਨਾਂ ਦੇ ਕੰਮ, ਉਹ ਦੇਖੋ ਜੀ ਇਹ ਜੀ ਖੋਰੀ ਲੋਡ ਹੋ ਰਹੀ ਹੈ, ਇਹ ਲੱਕੜਾਂ ਪਹਿਲੇ ਲੱਦਣ ਦਾ ਨੁਕਸਾਨ ਇਹ। ਚਲੋ ਜੀ ਗਾਇਸ ਬਹੁਤ ਕੰਮ ਇਹਨਾਂ ਨੇ ਮਿਸ ਹੋਇਆ, ਉਹ ਆਰਾਮ ਨਾਲ ਚੌਧਰੀ ਆਰਾਮ ਨਾਲ ਫਾਈਨਲੀ ਗਾਇਸ ਘਰ ਪਹੁੰਚ ਆਏ ਹਾਂ ਤੇ ਇੱਥੇ ਅੱਜ ਦੇ ਵਲੋਗ ਦਾ ਕਰ ਰਿਹਾ ਮੈਂ ਐਂਡ, ਟਰਾਲੀ ਵਗੈਰਾ ਜਿਹੜੀਆਂ ਉਹ ਪਾਰਕ ਇੱਥੇ ਕਰਤੀ ਹੈ ਤੇ ਸੁਬਹ ਇਹਨੂੰ ਲਾ ਲੈਣਗੇ ਆਪੇ ਹੀ ਤੇ ਮੈਂ ਸੁਬਹ ਕੰਮ ਜਾਣਾ ਤੇ ਆਪਾਂ ਯਾਰ ਇੱਦਾਂ ਦੇ ਕੰਮ ਘੱਟ ਵੱਧ ਕਰੀਦੇ ਆ। ਬਾਕੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ, ਆਪਣਾ ਖਿਆਲ ਰੱਖਿਓ, ਮੈਨੂੰ ਦੇ ਜੀ ਇਜਾਜ਼ਤ, ਅੱਲਾ ਹਾਫਿਜ਼।